ਹਾਂਜੀ ਅੱਜ ਆਪਣੇ ਤਿੰਨ ਅੱਖਰ ਰਹਿ ਗਏ ਸੀ ਪੈਨ ਪਹਿਲਾਂ ਤਿੰਨ ਆਪਾਂ ਸਰਕਲ ਕਰ ਚੁੱਕੇ ਹਾਂ ਵਰਨਮਾਲਾ ਦੇ ਹੁਣ ਹੈਗਾ ਆਪਣਾ ਹਾਹਾ ਯਈਆ ਅਤੇ ਵਾਹ 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 ਨਹੀਂ ਕਹਿਣਾ ਹੈਗਾ ਇਹ ਹੈਗਾ ਵਾਹ ਅਤੇ ਵੇ ਵੇ ਵੀ ਇਹਦਾ ਨਾਮ ਹੈਗਾ ਠੀਕ ਹੈ ਤਿੰਨ ਅੱਖਰ ਜਿਹੜੇ ਆਪਣੇ ਸਰਕਲਾਂ ਵਿੱਚ ਨਹੀਂ ਆਉਂਦੇ ਇਹ ਠੀਕ ਹੈ ਇਹਨੂੰ ਆਪਾਂ ਸਰਕਲਾਂ ਤੋਂ ਬਾਹਰ ਬਾਹਰ ਪ੍ਰੈਸ ਕਰਨੀ ਹੈ ਦੋ ਹਾਹੇ ਆ ਠੀਕ ਹੈ ਇਸ ਟਿੱਕ ਸਰਕਲ ਤੋਂ ਸਟਾਰਟ ਹੋਣਾ ਅਤੇ ਇਸ ਐਰੋ 'ਤੇ ਖਤਮ ਹੋ ਜਾਣਾ ਅਤੇ ਇੱਥੋਂ ਹਾਂ ਬੰਦ ਰਹਿਣਾ ਠੀਕ ਹੈ ਉੱਦਾਂ ਹੀ ਇਹ ਇਸ ਤੋਂ ਸਟਾਰਟ ਸਰਕਲ ਤੋਂ ਡੰਡੀ ਸਿੱਧੀ ਜਾਣੀ ਆ ਇਸ ਡੰਡੀ ਵਿੱਚ ਵਾਲ ਨਹੀਂ ਪੈਣ ਦੇਣਾ ਕੋਈ ਡੰਡੀ ਬਿਲਕੁਲ ਸਿੱਧੀ ਸਰਕਲ ਪਹਿਲਾਂ ਬਣੂਗਾ ਡੰਡੀ ਬਾਅਦ 'ਚੋਂ ਬਣਨੀ ਆ ਠੀਕ ਹੈ ਉੱਦਾਂ ਹੀ ਸਰਕਲ ਪਹਿਲਾਂ ਡੰਡੀ ਬਾਅਦ 'ਚੋਂ ਉਲਟਣਾ ਪੈ ਜਾਏ ਜੇ ਆਪਾਂ ਇੱਦਾਂ ਕਰਾਂਗੇ ਤਾਂ ਗਲਤ ਆ ਠੀਕ ਆ ਪਹਿਲਾਂ ਸਰਕਲ ਲੱਗਣਾ ਅਤੇ ਫਿਰ ਡੰਡੀ ਲੱਗਣੀ ਆ ਉੱਦਾਂ ਹੀ ਜਾਈਆ ਇਸ ਹੁੱਕ ਤੋਂ ਸਟਾਰਟ ਹੋਣਾ ਅਤੇ ਡਾਇਰੈਕਸ਼ਨ ਉਹੀ ਆ ਹਾਹੇ ਦੀ ਜਾਂ ਰਾਰੇ ਦੀ ਚਾਚੇ ਦੀ ਡਾਇਰੈਕਸ਼ਨ ਵਿੱਚ ਹੀ ਪੈਣਾ ਇਹ 30 ਡਿਗਰੀ ਆ ਠੀਕ ਆ ਜਈਆ ਠੀਕ ਆ ਹੁੱਕ ਪਹਿਲਾਂ ਲੱਗੂ ਡੰਡੀ ਬਾਅਦ 'ਚ ਉੱਦਾਂ ਵਾਹ ਹੁੱਕ ਪਹਿਲਾਂ ਡੰਡੀ ਬਾਅਦ 'ਚ ਸੈ ਬਰਾਬਰ ਆ ਡੰਡੀ ਇਹਦੇ ਵਿੱਚ ਕੋਈ ਵਲ ਨਹੀਂ ਪੈਣਾ ਚਾਹੀਦਾ ਜਮਾਂ ਬਿਲਕੁਲ ਸਿੱਧਾ ਚਾਹੀਦਾ ਠੀਕ ਆ ਹੁੱਕ ਪਹਿਲਾਂ ਬਣੇਗੀ ਟੈਕ ਨਹੀਂ ਮਾਰਨੀ ਇਹ ਗਲਤ ਆ ਠੀਕ ਆ ਇਸ ਕਰਕੇ ਆ ਹੁੱਕ ਸਰਕਲ ਬਣਾਉਣਾ ਥੋੜ੍ਹਾ ਅਰਧ ਸਰਕਲ ਜਿਹਾ ਹੈਗਾ ਠੀਕ ਆ ਆਹ ਚੀਜ਼ ਚਾਹੀਦੀ ਆ ਆਪਣੀ ਬੁੱਕ 'ਤੇ ਬਣੇ ਹੋਇਆ ਉੱਥੇ ਸ਼ੇਪ ਦੇਖ ਸਕਦੇ ਹੋ ਠੀਕ ਆ ਅਤੇ ਤਿੰਨੇ ਇਹ ਲਾਈਟ ਆ ਆਪਣੀ ਵਰਨਮਾਲਾ ਦੇ ਲਾਸਟ 3 ਅੱਖਰ ਸੀ ਇਹ ਠੀਕ ਆ ਸਰਕਲਾਂ ਵਿੱਚ ਨਹੀਂ ਆਉਂਦੇ ਪੈਡਸ ਉੱਦਾਂ ਹੀ ਕਰਨੀ ਆ ਵੀ ਸਰਕਲ ਪਹਿਲਾਂ ਵੱਜੂਗਾ ਲੱਗੂਗਾ ਅਤੇ ਡੰਡੀ ਬਾਅਦ 'ਚ ਪੂਰੀ ਵਰਨਮਾਲਾ ਸੈ ਬਰਾਬਰ ਰਹਿਣਾ ਕੋਈ ਛੋਟਾ ਵੱਡਾ ਨਹੀਂ ਹੈਗਾ ਠੀਕ ਹੈ ਜਾਂ ਸੈ ਛੋਟਾ ਕਰ ਸਕਦੇ ਹਾਂ ਪਰ ਇਦੋਂ ਵੱਡਾ ਨਹੀਂ ਕਰਨਾ ਹੈਗਾ ਉੱਦਾਂ ਹੀ ਹੁੱਕ ਹੁੱਕ ਪਹਿਲਾਂ ਡੰਡੀ ਬਾਅਦ 'ਚੋਂ ਉੱਦਾਂ ਹੀ ਵਾਹ ਠੀਕ ਹੈ ਇਹ ਹੈਗਾ ਆਪਣਾ ਹਾਹਾ ਯਈਆ ਅਤੇ ਵਾਹ ਵਾਹ ਵੀ ਕਹਿ ਦਿੰਦੇ ਆ ਅਤੇ ਵੇ ਵੀ ਹੈਗਾ ਇਹਦਾ ਨਾਮ ਠੀਕ ਹੈ ਅਤੇ ਤਿੰਨੇ ਲਾਈਟ ਰਹਿਣੇ ਇਹ ਠੀਕ ਹੈ ਸੈ ਬਰਾਬਰ ਆ ਡਾਇਰੈਕਸ਼ਨਾਂ 'ਚ ਚੇਂਜ ਨਹੀਂ ਕਰਨਾ ਹੈਗਾ ਦੋ ਹਾਹੇ ਜਿਹੜੇ ਹੈਗੇ ਦੋ ਆ ਅਤੇ ਅਲੱਗ ਅਲੱਗ ਯੂਜ਼ ਹੋਣੇ ਆ ਅਲੱਗ ਅਲੱਗ ਕੰਡੀਸ਼ਨਾਂ ਯੂਜ਼ ਕਰਾਂਗੇ ਸਰਕਲ ਪਹਿਲਾਂ ਲੱਗਣਾ ਡੰਡੀ ਬਾਅਦ 'ਚੋਂ ਉੱਦਾਂ ਸਰਕਲ ਪਹਿਲਾਂ ਡੰਡੀ ਬਾਅਦ 'ਚੋਂ ਠੀਕ ਹੈ ਇਹਦੀਆਂ ਵੀ ਅਲੱਗ ਅਲੱਗ ਕੰਡੀਸ਼ਨਾਂ ਜਿਵੇਂ ਤੱਤਾ ਥੱਥਾ ਦਾਦਾ ਦੱਦਾ ਆਪਾਂ ਕੀਤਾ ਹੈਗਾ ਰਾਰਾ ਡਾੜਾ ਕੀਤਾ ਦੋ ਅਲੱਗ ਅਲੱਗ ਕੀਤੇ ਸੀ ਉੱਦਾਂ ਹੀ ਦੋ ਹਾਹੇ ਆ ਠੀਕ ਆ ਜਈਆ ਅਤੇ ਵਾਹ ਉਹਦਾ ਇੱਕ ਵਾਹਵਾ ਪਹਿਲਾਂ ਆਪਾਂ ਕੀਤਾ ਹੈਗਾ ਇਹ ਵਾਹਵਾ ਆ ਇਹਨੂੰ ਵਾਹ ਕਹਾਂਗੇ ਉਹਦਾ ਨਾਮ ਕੀ ਸੀਗਾ ਵਾਹ ਵਾਹ ਪਹਿਲਾਂ ਵਾਲੇ ਦਾ ਠੀਕ ਆ ਹੁਣ ਵਾਲਾ ਨਾਮ ਹੈਗਾ ਵਾਹ ਸਾਊਂਡ ਸੇਮ ਹੀ ਹੋਣੀ ਆ ਯੂਜ਼ ਸੇਮ ਹੀ ਹੋਣਾ ਇਹਨਾਂ ਦਾ ਬਸ ਇਹਨਾਂ ਨੂੰ ਨਾਮ ਅਲੱਗ ਅਲੱਗ ਦਿੱਤੇ ਹੋਏ ਆ ਅਲੱਗ ਅਲੱਗ ਨਿਸ਼ਨਾਂ 'ਤੇ ਇਹਨੂੰ ਯੂਜ਼ ਕਰਾਂਗੇ ਠੀਕ ਆ ਉਹਦੇ ਬਾਰੇ ਸਾਰੇ ਚੈਪਟਰ ਹੈਗੇ ਆ ਆਪਾਂ ਚਾਰ ਅੱਖਰ ਇਸ ਤਰ੍ਹਾਂ ਦੇ ਕੀਤੇ ਹੋਏ ਆ ਜਿਹੜੇ ਅਲੱਗ ਅਲੱਗ ਵੀ ਪੈਂਦੇ ਆ ਜਿਵੇਂ ਹਾਹਾ ਆਪਾਂ ਡਬਲ ਕਰ ਲਿਆ ਠੀਕ ਆ ਵਾਹ ਵੇ ਦੋ ਕਰ ਲਏ ਠੀਕ ਆ ਉੱਦਾਂ ਤੱਤਾ ਥੱਥਾ ਦੱਦਾ ਧੱਦਾ ਇਹ ਤਾਂ ਹੈਗੇ ਆ ਡਬਲ ਡਬਲ ਇਹ ਹੈਗੇ ਸਿੰਗਲ ਹੀ ਆ ਪਰ ਅਲੱਗ ਅਲੱਗ ਯੂਜ਼ ਕਰਦੇ ਹਾਂ ਆਪਾਂ ਉੱਦਾਂ ਅੜਾੜਾ ਅੜਾੜਾ ਆ ਦੋਨੇ ਰਾਰੇ ਹੋ ਗਏ ਆ ਦੋਨੇ ਅੜਾੜੇ ਆ ਇਹ ਡਬਲ ਡਬਲ ਯੂਜ਼ ਕੀਤੇ ਆਪਾਂ ਅਤੇ ਇਹਦੇ ਬਾਰੇ ਪੂਰਾ ਚੈਪਟਰ ਹੈਗਾ ਇਹਦੀ ਕਨਫਿਊਜ਼ ਹੋਣ ਦੀ ਲੋੜ ਨਹੀਂ ਵੀ ਕਦੋਂ ਕਿਹੜਾ ਯੂਜ਼ ਕਰਨਾ ਹੈਗਾ ਇਹ ਦੋਗੇ ਅੱਖਰ ਆਪਾਂ ਅੱਖਰ ਜੋੜਨੇ ਸ਼ੁਰੂ ਕਰ ਦੇਣੇ ਆ ਉੱਥੇ ਸਾਰਾ ਕਲੀਅਰ ਹੋ ਜਾਣਾ ਫਿਲਹਾਲ ਇਹਦੀ ਪ੍ਰੈਕਟਿਸ ਕਰਨੀ ਆ ਪੂਰੀ ਵਰਨਮਾਲਾ ਯਾਦ ਚਾਹੀਦੀ ਆ ਠੀਕ ਆ ਘਰ ਵਿੱਚ ਕੋਈ ਵੀ ਬੰਦਾ ਪੜ੍ਹਿਆ ਲਿਖਿਆ ਹੈਗਾ ਆ ਉਹਨੂੰ ਖੁਦ ਹੀ ਟੈਸਟ ਦਿੰਦੇ ਰਹਿਣਾ ਟੈਸਟ ਦੇਣ ਦਾ ਤਰੀਕਾ ਕੀ ਹੈਗਾ ਉਸ ਬੰਦੇ ਨੂੰ ਆਪਾਂ ਆਪਦੀ ਬੁੱਕ ਫੜਾ ਦੇਣੀ ਆ ਕੋਈ ਵੀ ਬੰਦਾ ਨਾਲ ਤੁਹਾਡੇ ਹੈਗਾ ਪੜ੍ਹਿਆ ਲਿਖਿਆ ਕੋਈ ਭੈਣ ਭਰਾ ਆਪਣਾ ਹੈਗਾ ਉਹਨੂੰ ਕਹਿ ਦੇਣਾ ਵੀ ਮੈਨੂੰ ਪੰਜਾਬੀ ਬੋਲੇ ਉਹ ਪੰਜਾਬੀ ਵਰਨਮਾਲਾ ਦੇ ਅੱਖਰ ਬੋਲੂਗਾ ਤੁਸੀਂ ਉਹਨੂੰ ਸ਼ੋਰਟ ਹੈਂਡ 'ਚ ਲਿਖਣਾ ਆ ਜੇ ਬੋਲਿਆ ਜੇ ਉਹ ਕੱਕਾ ਬੋਲੇਗਾ ਉਹ ਪੰਜਾਬੀ ਵਾਲਾ ਕੱਕਾ ਨੋਰਮਲੀ ਬੋਲਣ ਵਿੱਚ ਤਾਂ ਜਦੋਂ ਸ਼ੋਰਟ ਹੈਂਡ ਅਤੇ ਪੰਜਾਬੀ ਵਾਲੇ ਸੇਮ ਹੀ ਹੁੰਦੇ ਲਿਖਣ 'ਚ ਫਰਕ ਪੈਣਾ ਨਾ ਉਹ ਤੁਹਾਨੂੰ ਪੰਜਾਬੀ ਦਾ ਕੱਕਾ ਬੋਲੇਗਾ ਤੁਸੀਂ ਉਹਨੂੰ ਕੱਕਾ ਸ਼ੋਰਟ ਹੈਂਡ ਵਾਲਾ ਲਿਖਣਾ ਆ ਉੱਦਾਂ ਹੀ ਕੱਕਾ ਸ਼ੋਰਟ ਹੈਂਡ ਵਾਲਾ ਉਹ ਪੰਜਾਬੀ ਬੋਲੇਗਾ ਤੁਸੀਂ ਸ਼ੋਰਟ ਹੈਂਡ ਵਾਲਾ ਲਿਖਣਾ ਆ ਠੀਕ ਹੈ ਇੱਦਾਂ ਪੂਰੀ ਵਰਨਮਾਲਾ ਉਹ ਤੋਂ ਬੁਲਵਾਉਣੀ ਕਿਸੇ ਬੰਦੇ ਤੋਂ ਅਤੇ ਆਪ ਲਿਖਣਾ ਉਹਨੂੰ ਸ਼ੋਰਟ ਹੈਂਡ ਦੇ ਵਿੱਚ ਠੀਕ ਹੈ ਉਹਦੇ ਬਾਅਦ 'ਚ ਉਹਨੂੰ ਪੜ੍ਹ ਕੇ ਸੁਣਾਉਣਾ ਤੁਸੀਂ ਕੀ ਲਿਖਿਆ ਆ ਉਹ ਆਪਦੀ ਬੁੱਕ ਨਾਲ ਮੈਚ ਕਰੂਗਾ ਵੀ ਤੁਸੀਂ ਕੀ ਲਿਖਿਆ ਸੀ ਕੀ ਬੋਲਿਆ ਗਿਆ ਸੀ ਅਤੇ ਤੁਸੀਂ ਕੀ ਲਿਖਿਆ ਅਤੇ ਕੀ ਉਹਨੂੰ ਪੜ੍ਹ ਰਹੇ ਹੋ ਲਾਈਟ ਦਾ ਧਿਆਨ ਰੱਖੋਗੇ ਤਾਂ ਉਹ ਪੜ੍ਹਿਆ ਜਾਊਗਾ ਤਿੰਨਾਂ ਚੈਪਟਰਾਂ ਵਿੱਚ ਪਹਿਲਾਂ ਵਾਲਿਆਂ ਵਿੱਚ ਟੈਸਟ ਇੱਦਾਂ ਹੀ ਹੋਣਾ ਆਪਦਾ ਟੈਸਟ ਆਪੇ ਖੁਦ ਹੀ ਲੈਂਦੇ ਰਹਿਣਾ ਜਾਂ ਕੋਈ ਵੀ ਪੜ੍ਹਿਆ ਲਿਖਿਆ ਹੈਗਾ ਜਾਂ ਕਿਸੇ ਨੇ ਸਟੈਨੋ ਕੀਤੀ ਹੋਈ ਆ ਉਹਨੂੰ ਮੈਥਡ ਪਤਾ ਹੀ ਵੀ ਟੈਸਟ ਕਿਵੇਂ ਲੈਣਾ ਆ ਯਾਦ ਹੋਇਆ ਕਿ ਨਹੀਂ ਹੋਇਆ ਇਹ ਕਿਵੇਂ ਪਤਾ ਲੱਗੂ ਤੁਹਾਨੂੰ ਯਾਦ ਹੋਇਆ ਕਿ ਨਹੀਂ ਹੋਇਆ ਉਦੋਂ ਇੱਦਾਂ ਹੀ ਉਹਨੂੰ ਕਹਿਣਾ ਵੀ ਮੈਨੂੰ ਪੰਜਾਬੀ ਬੋਲ ਅਤੇ ਮੈਂ ਸ਼ੋਰਟ ਹੈਂਡ ਲਿਖਦਾ ਹਾਂ ਬਾਅਦ ਵੀ ਲਿਖਣ ਤੋਂ ਬਾਅਦ ਜਦੋਂ ਸਟੋਪ ਹੋ ਜਾਂਦਾ ਉਦੋਂ ਬਾਅਦ ਤੁਸੀਂ ਉਹਨੂੰ ਨੋਰਮਲ ਉਹਨੂੰ ਪੜ੍ਹ ਕੇ ਸੁਣਾਉਣਾ ਵੀ ਅੱਖਰ ਕੀ ਲਿਖਿਆ ਗਿਆ ਆ ਉਹਨੂੰ ਕਹਿਣਾ ਮੈਨੂੰ ਉਲਟ ਪੁਲਟ ਅੱਖਰ ਬੋਲ ਸੀਰੀਅਲ ਵਾਈਜ਼ ਅੱਖਰ ਨਹੀਂ ਬੋਲਣੇ ਉਹਨਾਂ ਵੀ ਸੀਰੀਅਲ ਵੀ ਉਹ ਸੀਰੀਅਲ ਵਾਈਜ਼ ਹੀ ਬੋਲੀ ਜਾਵੇ ਤੁਸੀਂ ਉਹਨੂੰ ਉਲਟ ਪੁਲਟ ਬੋਲ ਅੱਖਰ ਬੋਲਣ ਲਈ ਕਹਿਣਾ ਵੀ ਮੈਨੂੰ ਉਲਟ ਪੁਲਟ ਅੱਖਰ ਬੋਲ ਫਿਰ ਮੈਂ ਪੜ੍ਹ ਕੇ ਸੁਣਾਉਂਦਾ ਵੀ ਅੱਖਰ ਨੂੰ ਲਿਖਿਆ ਕੀ ਹੈਗਾ ਬੋਲਿਆ ਕੀ ਸੀ ਅਤੇ ਲਿਖਿਆ ਕੀ ਹੈਗਾ ਆ ਠੀਕ ਆ ਇੱਦਾਂ ਹੀ ਪ੍ਰੈਕਟਿਸ ਕਰਨੀ ਨੋਰਮਲੀ ਇਹਦੀ ਵੀ ਠੀਕ ਆ ਇੱਕ ਲਾਈਨ ਵਿੱਚ 7 ਅੱਖਰ
ਅਤੇ ਪੇਜ ਵੱਧ ਤੋਂ ਵੱਧ ਜਿੰਨੇ ਭਰੋ ਲਾਸਟ ਅੱਖਰ ਰਹਿ ਗਏ ਆਪਣੇ ਪੂਰੀ ਵਰਨਮਾਲਾ ਜਿੰਨੀ ਕੀਤੀ ਹੋਈ ਆ ਉਹ ਸਾਰੇ ਮਿਕਸ ਕਰਕੇ ਵੇਖੋ ਚੈਪਟਰ ਵਿੱਚ ਆਪਣੇ ਹੈਗੇ ਦੋ ਚੈਪਟਰ ਹੈਗੇ ਆ ਫਸਟ ਸੈਕਿੰਡ ਚੈਪਟਰ ਇਸ ਚੀਜ਼ ਦਾ ਹੀ ਆ ਇੱਕ ਵਿੱਚ ਤਾਂ ਸੀਰੀਅਲ ਵਾਈਜ਼ ਦਿੱਤੇ ਹੋਏ ਆ ਦੂਜੇ ਵਿੱਚ ਉਹ ਉਲਟ ਪੁਲਟ ਦਿੱਤੇ ਹੋਏ ਆ ਚੈਪਟਰ ਨੂੰ ਉਹ ਚੈਪਟਰ ਨੂੰ ਕਰਕੇ ਵੇਖੋ ਸਾਰੇ ਨੂੰ ਪੂਰੀ ਵਰਨਮਾਲਾ ਨੂੰ ਉਲਟ ਪੁਲਟ ਘੁਮਾ ਕੇ ਵੇਖੋ ਵੀ ਅੱਖਰ ਵੀ ਸੀਰੀਅਲ ਵਾਈਜ਼ ਤਾਂ ਪੜ੍ਹੇ ਜਾਣੇ ਆ ਜੇ ਆਪਾਂ ਨੋਰਮਲ ਪੜ੍ਹੀ ਜਾਵਾਂ ਕੱਕਾ ਖੱਕਾ ਗੱਗਾ ਉਹ ਤਾਂ ਲਗਾਤਾਰ ਤਾਂ ਪੜ੍ਹੇ ਜਾਣਗੇ ਉਲਟ ਪੁਲਟ ਪੜ੍ਹੇ ਜਾ ਰਹੇ ਨੇ ਉਲਟ ਪੁਲਟ ਪੜ੍ਹੇ ਜਾ ਰਹੇ ਕਿ ਨਹੀਂ ਜਾ ਰਹੇ ਉਹ ਆਪਾਂ ਚੈੱਕ ਕਰਨਾ ਆਪਣੇ ਆਪ ਨੂੰ ਕਿਸੇ ਨੂੰ ਵੀ ਕਹਿ ਦੇਣਾ ਮੈਨੂੰ ਬੋਲ ਭਾਵੇਂ ਛੋਟਾ ਭਾਵੇਂ ਤੁਹਾਨੂੰ ਵੱਡਾ ਹੈਗਾ ਪੰਜਾਬੀ ਦਾ ਹਰੇਕ ਬੰਦਾ ਪੜ੍ਹ ਹੀ ਲੈਂਦਾ ਆ ਠੀਕ ਆ ਉਹਨੂੰ ਪੜ੍ਹ ਕੇ ਸੁਣਾਉਣਾ ਆ ਠੀਕ ਆ ਡੇਲੀ ਇੱਦਾਂ ਹੀ ਹੋਣਾ ਪ੍ਰੋਸੈਸ ਟੈਸਟ ਦਾ ਪ੍ਰੋਸੈਸ ਇਹੀ ਆ ਅਸੀਂ ਜਿਹੜਾ ਟੈਸਟ ਲੈਂਦੇ ਹਾਂ ਆਪਣੇ ਸੈਂਟਰ ਦੇ ਵਿੱਚ ਇੱਦਾਂ ਹੀ ਹੈਗਾ ਵੀ ਸਟੂਡੈਂਟ ਨੂੰ ਅਸੀਂ ਪੰਜਾਬੀ ਦੇ ਅੱਖਰ ਬੋਲਦੇ ਹਾਂ ਅਤੇ ਉਹ ਸ਼ੋਰਟ ਹੈਂਡ 'ਚ ਲਿਖਦਾ ਆ ਠੀਕ ਆ ਬਾਅਦ 'ਚ ਉਹ ਤੋਂ ਅਸੀਂ ਸੁਣਦੇ ਹਾਂ ਅਸੀਂ ਵੀ ਕੀ ਬੋਲਿਆ ਸੀ ਅਤੇ ਹੁਣ ਤੂੰ ਕੀ ਲਿਖਿਆ ਅਤੇ ਸਾਨੂੰ ਪੜ੍ਹ ਕੇ ਸੁਣਾ ਠੀਕ ਆ ਪੈਨਸਲ ਤਾਂ ਹੀ ਯੂਜ਼ ਕਰਦੇ ਹਾਂ ਵੀ ਲੈਟ ਡਾਰਕ ਦਾ ਪਤਾ ਲੱਗਦਾ ਰਹੇ ਜਦੋਂ ਆਪਾਂ ਨੈਕਸਟ ਸਪੀਡ 'ਤੇ ਆ ਗਏ ਫਿਰ ਆਪਾਂ ਪੈਨ ਵੀ ਯੂਜ਼ ਕਰਨੇ ਵੱਡੇ ਰਜਿਸਟਰ ਵੀ ਯੂਜ਼ ਕਰਨੇ ਫਿਰ ਉਦੋਂ ਬਾਅਦ ਖੁੱਲ੍ਹੀ ਛੁੱਟੀ ਹੋ ਜਾਂਦੀ ਆ ਫਿਲਹਾਲ ਆਪਾਂ ਇਹਨੂੰ ਨੋਟਪੈਡ 'ਤੇ ਪੈਡਸ ਕਰਨੀ ਲਾਈਟ ਡਾਰਕ ਦਾ ਧਿਆਨ ਰੱਖਣਾ ਪਊਗਾ ਠੀਕ ਆ ਅਤੇ ਪੂਰੀ ਵਰਨਮਾਲਾ ਯਾਦ ਚਾਹੀਦੀ ਆ ਠੀਕ ਆ ਇਹਨੂੰ ਵੱਧ ਤੋਂ ਵੱਧ ਰਿਪੀਟ ਕਰੋ ਇੱਥੇ ਦੋ ਦਿਨ ਲਾਓ ਪੂਰੇ ਟਕਾ ਕੇ ਠੀਕ ਆ ਵੱਧ ਤੋਂ ਵੱਧ ਟਾਈਮ ਲਾਓ ਉਹ ਬੇਸਮੇਂ ਨਾ ਜੇ ਵਰਨਮਾਲਾ ਨਾ ਯਾਦ ਹੋਈ ਤਾਂ ਫਿਰ ਆਪਾਂ ਅੱਖਰ ਜੋੜ ਵੀ ਨਹੀਂ ਸਕਦੇ ਤਾਂ ਅੱਖਰ ਪੜ੍ਹ ਵੀ ਨਹੀਂ ਸਕਦੇ ਹੈਗੇ ਠੀਕ ਹੈ ਜਦੋਂ ਆਪਾਂ ਅੱਖਰ ਜੋੜਨ ਲੱਗ ਪਏ ਹਾਂ ਉਦੋਂ ਬਾਅਦ ਲਾਈਟ ਡਾਰਕ ਅੱਗੇ ਖਤਮ ਹੋ ਜਾਣਾ ਜਦੋਂ ਪਹਿਰੇ ਲਿਖਣ ਲੱਗ ਪਏ ਲਾਣਾ ਲਿਖਣ ਲੱਗ ਪਏ ਫਿਰ ਲਾਈਟ ਡਾਰਕ ਖਤਮ ਹੋ ਜਾਣਾ ਸਿਰਫ ਡਾਇਰੈਕਸ਼ਨ ਦੇ ਅਕੋਰਡਿੰਗ ਹੀ ਪੜ੍ਹਾਂਗੇ ਸ਼ੇਪ ਦੇ ਅਕੋਰਡਿੰਗ ਅੱਖਰਾਂ ਨੂੰ ਪੜ੍ਹਾਂਗੇ ਠੀਕ ਹੈ ਜਦੋਂ ਸੀਨੀਅਰ ਜਿਹੜੇ ਸੀਨੀਅਰ ਆਪਣੇ ਸੈਨੋਗ੍ਰਾਫਰ ਹੈਗੇ ਆ ਜਿਹੜੇ ਜੋਬ ਲੱਗੇ ਹੋਏ ਜਦੋਂ ਜੋਬ ਦਾ ਪੇਪਰ ਆਪਣਾ ਪੇਪਰ ਹੋਣਾ ਆ ਉਦੋਂ ਆਪਾਂ ਪੈਨਾਂ ਹੀ ਪ੍ਰੈਕਟਿਸ ਕਰਨੀ ਹੈ ਅਤੇ ਪੈਨਾਂ ਹੀ ਉਦੋਂ ਟੈਸਟ ਦੇ ਕੇ ਆਉਣਾ ਆ ਠੀਕ ਹੈ ਤਾਂ ਫਿਰ ਪੇਪਰ ਚੱਲਦੇ ਵਿੱਚ ਹੀ ਆਪਣਾ ਸਿੱਕਾ ਟੁੱਟ ਜੂਗਾ ਪੈਨਸਲ ਦਾ ਠੀਕ ਹੈ ਇਸ ਕਰਕੇ ਆਪਾਂ ਫਿਲਹਾਲ ਆੜੇ ਪਹਿਲੇ 3 ਮਹੀਨੇ ਹੈਗੇ ਆ ਉਦੋਂ ਪੈਨਸਲ ਨਾਲ ਪ੍ਰੈਕਟਿਸ ਕਰਨੀ ਆ ਵੀ ਆਪਣੀ ਸ਼ੇਪ ਸਹੀ ਬਣ ਜਾਏ ਠੀਕ ਆ ਅਤੇ ਲਾਈਟ ਡਾਰਕ ਆਪਾਂ ਨੂੰ ਯਾਦ ਹੋ ਜਾਏ ਡਾਇਰੈਕਸ਼ਨਾਂ ਯਾਦ ਹੋ ਜਾਣ ਠੀਕ ਆ ਉਦੋਂ ਆਪਣਾ ਕੰਟੀਨਿਊ ਵਧੀਆ ਚੱਲ ਪੈਣਾ ਠੀਕ ਆ ਇਸ ਵਰਨਮਾਲਾ 'ਤੇ ਪੂਰਾ ਟਕਾ ਕੇ ਟਾਈਮ ਲਾਉਣਾ ਆ ਇਹ ਨਹੀਂ ਹੈਗਾ ਵੀ ਹੁਣ ਸਰ ਨੇ 40 ਪੇਜ ਕਿਹਾ ਆ ਅਤੇ ਤੁਸੀਂ ਪੇਜ ਘੱਟ ਭਰਨੇ ਪੇਜ ਜਿੰਨੇ ਵੱਧ ਤੋਂ ਵੱਧ ਭਰੋਗੇ ਉਨਾ ਹੀ ਯਾਦ ਹੋਣਾ ਆ ਠੀਕ ਆ ਇਹ ਵਰਨਮਾਲਾ ਦੇ ਆਪਣੇ 3 ਲਾਸਟ ਅੱਖਰ ਸੀਗੇ ਅਤੇ ਇਹ ਮੈਂ ਤੁਹਾਨੂੰ ਪੂਰੀ ਵਰਨਮਾਲਾ ਆਪਣੀ ਜੋ ਹੁਣ ਤੱਕ ਕੀਤੀ ਆ ਮੈਂ ਸਾਰੀ ਤੁਹਾਨੂੰ ਲਿਖ ਦਿੰਦਾ ਠੀਕ ਆ ਉਹ ਦੇਖੋ ਆਪਣੀ ਬੁੱਕ ਨਾਲ ਮੈਚ ਕਰ ਲਓ ਬੁੱਕ ਆਪਣਾ ਕੋਲ ਹੈਗੀ ਆ ਠੀਕ ਆ ਉਹਦੇ ਵਿੱਚ ਦੋ ਚੈਪਟਰ ਹੈਗੇ ਆ ਫਸਟ ਅਤੇ ਸੈਕਿੰਡ ਉਹਨਾਂ ਵਿੱਚ ਸਾਰੇ ਅੱਖਰ ਦਿੱਤੇ ਹੋਏ ਆ ਕੱਕਾ ਖੱਖਾ ਗੱਗਾ ਘੱਗਾ ਠੀਕ ਹੈ ਚੱਚਾ ਛੱਛਾ ਜੱਜਾ ਝੱਜਾ ਠੀਕ ਹੈ ਟੈਂਕਾ ਠੱਠਾ ਡੱਡਾ ਅਤੇ ਢੱਡਾ ਠੀਕ ਆ ਅਤੇ ਲਾਸਟ ਹੈਗਾ ਰਾਰਾ ਅਤੇ ਰਾਲਾ ਇਹ ਪਹਿਲੇ ਚੈਪਟਰ ਦੇ ਆਪਣੇ ਅੱਖਰ ਸੀਗੇ ਠੀਕ ਹੈ ਸੈਕਿੰਡ ਸਰਕਲ ਵਿੱਚ ਆ ਗਏ ਆਪਣੇ ਲੱਲਾ ਫੱਫਾ ਵਾਹਵਾ ਠੀਕ ਹੈ ਰਾਰਾ ਅੜਾੜਾ ਸੱਸਾ ਜਜਪਰ ਬਿੰਦੇ ਠੀਕ ਆ ਤੀਜੇ ਸਰਕਲ ਸੀਗਾ ਆਪਣਾ ਮੰਮਾ ਤੱਤਾ ਦੋਨੋਂ ਪਾਸੇ ਥੱਥਾ ਦੋਨੋਂ ਪਾਸੇ ਦੱਦਾ ਅਤੇ ਧੱਦਾ ਦੋਨੋਂ ਪਾਸੇ ਠੀਕ ਆ ਲਾਸਟ ਨੰਨਾ ਨਾਣਾ ਅਤੇ ਅੰਗ ਇਹ ਤਾਂ ਆਪਣੇ ਹੋ ਗਏ 3 ਜਿਹੜੇ ਸਰਕਲ ਕੀਤੇ ਸੀ ਉਹਨਾਂ ਵਿੱਚ ਲਾਈਟ ਡਾਰਕ ਨਾਲ ਲਿਖ ਦਿੰਦਾ ਆਪਣੀ ਬੁੱਕ ਵਿੱਚ ਵੀ ਲਿਖਿਆ ਹੋਇਆ ਪਹਿਲਾਂ ਅਦੋਂ ਲਾਈਟ ਆ ਡਾਰਕ ਅਦੋਂ ਲਾਈਟ ਆ ਡਾਰਕ ਆ ਡਾਰਕ ਲਾਈਟ ਲਾਈਟ ਡਾਰਕ ਡਾਰਕ ਲਾਈਟ 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 ਡਾਰਕ ਲਾਈਟ 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 ਡਾਰਕ ਲਾਈਟ ਆ ਲਾਈਟ ਲਾਈਟ ਡਾਰਕ ਡਾਰਕ ਲਾਈਟ ਲਾਈਟ ਅਤੇ ਡਾਰਕ ਅਤੇ ਲਾਸਟ ਅੱਖਰ ਰਹਿ ਗਏ ਸੀ ਆਪਣੇ ਹਾਹਾ ਹਾਹੇ ਦੋ ਆ ਜਈਆ ਅਤੇ ਵਾਹ ਅਤੇ 3 ਲਾਈਟ ਆ ਠੀਕ ਆ ਪਹਿਲਾ ਅੱਖਰ ਆ ਕੱਕਾ ਖੱਖਾ ਗੱਗਾ ਘੱਗਾ ਚੱਚਾ ਛੱਛਾ ਜੱਜਾ ਝੱਜਾ ਟੈਂਕਾ ਠੱਠਾ ਡੱਡਾ ਢੱਡਾ ਰਾਰਾ ਅਤੇ ਰਾੜਾ ਸੈਕਿੰਡ ਚੈਪਟਰ 'ਚ ਲੱਲਾ ਫੱਫਾ ਵਾਹਵਾ ਰਾਰਾ ਅੜਾੜਾ ਸੱਸਾ ਜਜਪਰ ਬਿੰਦੀ ਠੀਕ ਹੈ ਉਹਦੇ ਬਾਅਦ ਮੰਮਾ ਤੱਤਾ ਥੱਥਾ ਦੱਦਾ ਧੱਦਾ ਨੰਨਾ ਨਾਣਾ ਅਤੇ ਅੰਗ ਲਾਈਟ ਡਾਰਕ ਨਾਲ ਲਿਖਤਾ ਦੋ ਹਾਹੇ ਸੀਗੇ ਠੀਕ ਹੈ ਯਈਆ ਅਤੇ ਵਾਹ ਠੀਕ ਆ ਹਾਹੇ ਦਾ ਧਿਆਨ ਰੱਖਣਾ ਹੈਗਾ ਵੀ ਸਰਕਲ ਪਹਿਲਾਂ ਬਣਨਾ ਆ ਅਤੇ ਡੰਡੀ ਬਾਅਦ 'ਚੋਂ ਬਣਨੀ ਆ ਇਹ ਨਾ ਉਲਟ ਹੋ ਜਾਵੇ ਵੀ ਤੁਸੀਂ ਡੰਡੀ ਪਹਿਲਾਂ ਲਾ ਦਿਓ ਸਰਕਲ ਬਾਅਦ 'ਚੋਂ ਬਾਅਦ ਇਹ ਗਲਤ ਆ ਜੇ ਆਪਾਂ ਤੁਸੀਂ ਇੱਦਾਂ ਪਾਉਂਦੇ ਹੋ ਤਾਂ ਵੀ ਗਲਤ ਆ ਹਰੇਕ ਵਾਰੀ ਸਰਕਲ ਪਹਿਲਾਂ ਬਣਨਾ ਡੰਡੀ ਬਾਅਦ 'ਚੋਂ ਬਣਨੀ ਆ ਇਹਦਾ ਧਿਆਨ ਰੱਖਣਾ ਲਓ ਜੀ ਆਪਣੀ ਵਰਨਮਾਲਾ ਹੋ ਗਈ ਪੂਰੀ ਠੀਕ ਆ ਇਹਦੀ ਪ੍ਰੈਕਟਿਸ ਕਰੋ ਵੱਧ ਤੋਂ ਵੱਧ ਠੀਕ ਆ ਫਿਰ ਆਪਾਂ ਨੈਕਸਟ ਅੱਖਰ ਜੋੜਨ ਵਾਲੇ ਸ਼ੁਰੂ ਕਰਦੇ ਹਾਂ ਠੀਕ ਹੈ ਥੈਂਕ ਯੂ